ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੈਡਲਾਈਨਸ ਦੇ ਨਾਲ ਮੈਂ ਪੁਨੀਤ ਕੌਰ ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਪੇਸ਼ ਹੈ ਆਦਾ ਖਾਲਸ ਵਿਚਾਰ ਕੰਡੇ ਤਾਂ ਸਿਰਫ ਤਨ ਤੇ ਚੁੱਭਦੇ ਨੇ ਪਰ ਕੁਝ ਲੋਕਾਂ ਦੀਆਂ ਗੱਲਾਂ ਮਨ ਤੇ ਵੀ ਚੁੱਭਦੀਆਂ ਨੇ ਹੁਣ ਪੇਸ਼ ਨੇ ਆਧੀਆਂ ਖਾਸ ਖਬਰਾਂ 16 ਮਾਰਚ ਨੂੰ ਪੰਜਾਬ ਸਰਕਾਰ ਦਾ 1 ਸਾਲ ਹੋਇਆ ਪੂਰਾ ਮੁੱਖ ਮੰਤਰੀ ਮਾਨ ਨੇ ਸਰਕਾਰ ਦੇ ਸਾਲ ਪੂਰਾ ਹੋਣ ਤੇ ਪ੍ਰਗਟਾਈ ਖੁਸ਼ੀ ਕਿਹਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਲਈ ਕਰ ਰਹੇ ਹਾਂ ਲਗਾਤਾਰ ਕੰਮ ਕੋਟਕਪੂਰਾ ਗੋਲੀकांड ਮਾਮਲੇ 'ਚ ਬਾਦਲ ਨੂੰ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਅਰਜੀ ਹੋਈ ਰੱਦ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ ਸੁਖਬੀਰ ਬਾਦਲ ਤੇ ਲਟਕ ਸਕਦੀ ਹੈ ਗ੍ਰਿਫਤਾਰੀ ਦੀ ਤਲਵਾਰ ਕੋਟਕਪੂਰਾ ਗੋਲੀकांड ਮਾਮਲੇ 'ਚ ਮੁਲਜ਼ਮ ਨੇ ਦੋਵੇਂ ਫਰੀਦਕੋਟ ਅਦਾਲਤ ਚਲਾਈ ਸੀ ਅਗਾਊਂ ਜ਼ਮਾਨਤ ਦੀ ਅਰਜੀ ਜੇਲ੍ਹ ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਨਿੱਜੀ ਚੈਨਲ ਉੱਪਰ ਚਰਚਿਤ ਹੋਈ ਇੰਟਰਵਿਊ ਤੋਂ 2 ਦਿਨ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦਿੱਤਾ ਬਿਆਨ ਪਿਤਾ ਬਲਕੌਰ ਸਿੰਘ ਨੇ ਸਰਕਾਰ ਉੱਤੇ ਲਾਇਆ ਦੋਸ਼ ਕਿ ਆ ਲਾਰੇਂਸ ਨੂੰ ਵਰਤਿਆ ਜਾ ਰਿਹਾ ਸਿੱਧੂ ਦੇ ਅਕਸ ਨੂੰ ਢਾਹ ਲਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਕੀਤਾ ਦਾਵਾ ਬਠਿੰਡਾ ਜੇਲ੍ਹ ਜਾਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਤੋਂ ਨਹੀਂ ਹੈ ਲਾਰੇਂਸ ਦੀ ਇਹ ਵੀਡੀਓ ਸਾਬਕਾ ਸੀਐਮ ਚੰਜੀ ਸਿੰਘ ਚੰਨੀ ਖਿਲਾਫ ਵਿਜੀਲੈਂਸ ਦਾ ਐਕਸ਼ਨ ਚੰਨੀ ਦੇ ਕਾਜਕਾਲ ਦੌਰਾਨ ਕੀਤੀਆਂ ਭਰਤੀਆਂ ਤੇ ਚੁੱਕੇ ਸਵਾਲ 100 ਤੋਂ ਵੱਧ ਪੰਜਾਬ ਪੁਲਿਸ ਹੋਈਆਂ ਨੇ ਯੁਕਤੀਆਂ ਦੀ ਕੀਤੀ ਜਾਂਚ ਸ਼ੁਰੂ ਵਿਜੀਲੈਂਸ ਨੂੰ ਭਰਤੀਆਂ ਚ ਗੜਬੜੀਆਂ ਦਾਇਕ ਖਦਸ਼ਾ ਚੰਨੀ ਵੱਲੋਂ ਜਾਰੀ ਕੀਤੀਆਂ ਗ੍ਰਾਂਟਾਂ ਤੇ ਵੀ ਹੈ ਵਿਜੀਲੈਂਸ ਦੀ ਅੱਖ 1100 ਕਰੋੜ ਦੀਆਂ ਚੰਨੀ ਨੇ ਪਿੰਡਾਂ ਚ ਵੰਡੀਆਂ ਸੀ ਗ੍ਰਾਂਟਾਂ ਅਮਰੀਕਾ ਦੇ ਇੱਕ ਜਿਮ ਵਿੱਚ ਪੰਜਾਬੀ ਅਦਾਕਾਰ ਅਮਨ ਥਾਲੀਵਾਲ ਤੇ ਹੋਇਆ ਹਮਲਾ ਇੱਕ ਵਿਅਕਤੀ ਨੇ ਕੁਹਾੜੀ ਨਾਲ ਕੀਤਾ ਹਮਲਾ ਸਰੀਰ ਤੇ ਲੱਗੇ ਕਈ ਟਾਂਕੇ ਅਮਰੀਕਾ ਵਿੱਚ NBA ਦੇ ਬਾਸਕਟਬਾਲ ਚੰਮ੍ਰਿਤ ਹਰਿ ਸਿੱਖ ਨੂੰ ਸੀਰੀ ਸਾਇਬ ਫੋਨ ਕਰਕੇ ਨਹੀਂ ਮਿਲੀ ਐਂਟਰੀ 3 ਦਹਾਕੇ ਪੁਰਾਣੇ ਸਿੱਖ ਨੌਜਵਾਨ ਕੁਲਦੀਪ ਸਿੰਘ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਅਦਾਲਤ ਨੇ ਸੁਣਾਇਆ ਫੈਸਲਾ ਸੀਬੀਆਈ ਅਦਾਲਤ ਨੇ ਪੰਜਾਬ ਪੁਲਿਸ ਦੇ ਸਾਬਕਾ ਇਨਸਪੈਕਟਰ ਤੇ ਗਨਮੈਨ ਨੂੰ ਦੋਸ਼ੀ ਦਿੱਤਾਕਰ 3 ਅਤੇ 5 ਸਾਲ ਦੀ ਹੋਈ ਸਜ਼ਾ ਕੈਨੇਡਾ ਪੇ ਜੇ 700 ਵਿਦਿਆਰਥੀਆਂ ਨੂੰ ਝਾਲੀ ਦਸਤਾਵੇਜ਼ ਜਾਰੀ ਕਰਨ ਵਾਲੇ ਟਰੈਵਲ ਏਜੰਟ ਦਫਤਰ ਦਾ ਲੱਗਿਆ ਪਤਾ ਜਲੰਧਰ ਪੁਲਿਸ ਨੇ ਕੀਤਾ ਦਾਵਾ 6 ਮਹੀਨਿਆਂ ਤੋਂ ਬੰਦ ਹੈ ਇਹ ਦਫਤਰ ਟ੍ਰਾਈ ਸਿਟੀ ਚ ਜਲਦੀ ਹੀ ਮੈਟਰੋ ਚਲਾਉਣ ਦੀ ਪ੍ਰਕਿਰਿਆ ਹੋ ਸਕਦੀ ਹੈ ਸ਼ੁਰੂ CBI ਨੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਖਿਲਾਫ ਇੱਕ ਹੋਰ ਕੇਸ ਕੀਤਾ ਦਰਜ ਆਪ ਦੀ ਖਥਿਤ ਫੀਡਬੈਕ ਯੂਨਿਟ ਨਾਲ ਸੰਬੰਧਿਤ ਜਾਸੂਸੀ ਦੇ ਲਗੇ ਨੇ ਦੋਸ਼ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੇ ਕਰੀਬੀ ਐਰਿਕ ਗਾਰਸੇਟੀ ਭਾਰਤ ਵਿੱਚ ਹੋਣਗੇ ਅਮਰੀਕੀ ਰਾਜਦੂਤ ਸੰਸਦੀਕ ਕਮੇਟੀ ਨੇ ਸਾਲ 2023-24 ਦੇ ਬਜਟ ਚ ਮਨਰੇਗਾ ਫੰਡ ਚ ਕੀਤੀ ਕਟੌਤੀ ਤੇ ਪ੍ਰਗਟਾਈ ਚਿੰਤਾ ਨੌਕਰੀ ਬਦਲੇ ਜ਼ਮੀਨ ਕਪਲਾ ਮਾਮਲੇ 'ਚ ਸੀਬੀਆਈ ਇਸ ਮਹੀਨੇ ਤੇਜਸਵੀ ਜਾਦਵ ਨੂੰ ਨਹੀਂ ਕਰੇਗੀ ਗ੍ਰਿਫਤਾਰ ਸੀਬੀਆਈ ਨੇ ਹਾਈ ਕੋਰਟ ਨੂੰ ਦਿੱਤੀ ਜਾਣਕਾਰੀ ਅਰੁਣਾਚਲ ਪ੍ਰਦੇਸ਼ 'ਚ ਫਲ ਸੈਨਾ ਦਾ ਚੀਤਾ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ ਦੋ ਪਾਇਲਟ ਹੋਏ ਲਾਪਤਾ ਨਿਊਜ਼ੀਲੈਂਡ ਵਿੱਚ 16 ਮਾਰਚ ਨੂੰ 7.0 ਤੀਬਰਤਾ ਦੇ ਪੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ ਸਮੁੰਦਰ ਵਿੱਚ ਉੱਠੀਆਂ ਸੁਨਾਮੀ ਦੀਆਂ ਲਹਿਰਾਂ ਮਹਿਲਾ ਜੱਜ ਨੂੰ ਧਮਕੀ ਦੇਣ ਦੇ ਮਾਮਲੇ 'ਚ ਇਮਰਾਨ ਖਾਨ ਦੇ ਖਿਲਾਫ ਗੈਰ ਜਮਾਨਤੀ ਵਾਰੰਟ ਉੱਤੇ 20 ਮਾਰਚ ਤੱਕ ਲੱਗੀ ਰੋਕ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਮਿਲੇ ਹੁਕਮ ਹੈਡਲਾਈਨਸ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ